ਆਪਾਂ ਪੰਜਾਬ 'ਚ ਰਹਿੰਦੇ ਹਾਂ, ਸਾਡਾ ਵਧੀਆ ਭਾਈਚਾਰਾ ਵੈ, ਮੇਰੀ ਮੇਰੀ ਸਾਂਝ ਵੀ ਹੈ, ਮੇਰੇ ਦੋਸਤ ਵੀ ਨੇ, ਆਪਾਂ ਜੇ ਜਿਹੜੇ ਸਾਰੇ ਭਾਈਚਾਰੇ ਦੇ ਇਕੱਠੀ ਹਾਂ, ਹਿੰਦੂ ਸਿੱਖ ਮੁਸਲਿਮ ਈਸਾਈ ਸਭ ਆਪਸ 'ਚ ਭਾਈ ਭਾਈ। ਪਰ ਮੈਂ ਕਹਿੰਦਾ ਕਿ ਵਿੱਚੋਂ ਕਬਰਸਤਾਨ ਦਾ ਮੁੱਦਾ ਕਿਉਂ ਉੱਠਦਾ, ਮੈਨੂੰ ਇਸ ਚੀਜ਼ ਦਾ ਲੱਗਦਾ। ਕਦੀ ਦੇਖੋ ਕ੍ਰਿਸਚਨ ਭਾਈਚਾਰੇ ਨੂੰ ਟਾਰਗੇਟ, ਕਦੀ ਦੇਖ ਲਓ ਹਿੰਦੂ ਭਾਈਚਾਰੇ ਨੂੰ ਟਾਰਗੇਟ, ਕਦੀ ਦੇਖ ਲਓ ਪ੍ਰਵਾਸੀ ਭਾਈਚਾਰੇ ਨੂੰ ਟਾਰਗੇਟ, ਮਤਲਬ ਕੀ ਹੈ? ਮੈਨੂੰ ਇਹ ਦੱਸਣ ਕੇ ਲੱਖ ਰੁਪਈਆ ਕਹਿੰਦੇ ਨੇ ਅਸੀਂ ਦੇਵਾਂਗੇ, ਅੰਮ੍ਰਿਤਪਾਲ ਦਾ ਜਿਹੜਾ ਮੂੰਹ ਕਾਲਾ ਕਰੇਗਾ, ਇਹਨਾਂ ਨੇ ਗਾਂ ਕਿਹਾ ਕਿ ਅਸੀਂ ਲੱਖ ਰੁਪਈਆ ਦੇਵਾਂਗੇ, ਇਹਨਾਂ ਦੀ ਅੱਜ ਵੀਡੀਓ ਆਈ ਹੈ। ਇਹ ਲੱਖ ਰੁਪਈਆ ਕਿਸੇ ਨੂੰ ਜੋ ਦਿੰਦੇ ਨੇਕ ਕੰਮ ਆਪ ਕਰ ਲੈਣ, ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਮੁੜਕੇ, ਤੁਸੀਂ ਆਉਂਦੇ ਨੀ ਜਿੱਥੇ ਕੋਈ ਸੱਦਦਾ, ਮੁੜਕੇ ਆਉਂਦੇ ਨੀ, ਭੱਜ ਜਾਂਦੇ ਜੀ ਅੱਗੇ ਲੱਗ ਕੇ। ਕੱਲੀਆਂ ਤੁਸੀਂ ਸਿਕਿਉਰਿਟੀਆਂ, ਇੱਕ ਮੰਡ ਹੋ ਗਿਆ, ਇੱਕ ਤੂੰ ਹੋ ਗਿਆ। ਮੇਰੇ ਤੇ ਹਮਲਾ ਹੋਇਆ 2016 ਦੇ ਵਿੱਚ, ਠੀਕ ਹੈ, ਸ਼ੇਰਾ ਸੀ ਰਮਨਦੀਪ ਸਿੰਘ ਤੇ ਗੁਗਨੀ ਜਿਹੜਾ ਗੈਂਗਸਟਰ, ਤੁਸੀਂ ਸਾਰੇ ਜੱਗੀ ਜੋਲ ਬਾਹਰ ਹੋਇਆ ਸੀਗਾ, ਠੀਕ ਹੈ, ਉਸ ਟਾਈਮ ਪਿੱਠ ਪਿੱਛੇ ਗੋਲੀਆਂ ਮਾਰੀਆਂ, ਸਾਹਮਣੇ ਲੈ ਕੇ ਕੋਈ ਕਿਉਂ ਨਹੀਂ? ਤੁਸੀਂ ਕਿਹੜੀ ਜੰਗ ਜਿੱਤੀ ਜਿਹੜੀਆਂ ਤੁਹਾਨੂੰ ਸਿਕਿਉਰਿਟੀਆਂ ਚਾਹੀਦੀਆਂ? ਤੁਸੀਂ ਕਿਹੜੀ ਕਾਰਗਿਲ ਦੀ ਜੰਗ ਜਿੱਤ ਕੇ ਆਏ ਤੇ ਦੱਸੋ, ਤੁਹਾਨੂੰ ਸਿਕਿਉਰਿਟੀ ਕਾਹਦੀ ਚਾਹੀਦੀ? ਮੈਂ ਇਹ ਚੀਜ਼ ਕਹਿ ਰਿਹਾ ਵਾਂ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਨਾਰਾ ਨਹੀਂ ਲੱਗਣ ਦੇਣਾ, ਚਾਹੇ ਜੋ ਮਰਜ਼ੀ ਹੋ ਜਾਵੇ। ਫੇਸਬੁੱਕ ਤੇ ਰੌਲਾ ਪਾਉਣ ਜੋਗੇ ਜੀ ਅੰਦਰ ਵੜ ਕੇ ਗੁਫਾ 'ਚ, ਜਦੋਂ ਤੁਹਾਨੂੰ ਇੱਕ ਇੱਕ ਸਿੰਘ ਦਬਕਾ ਮਾਰਦਾ ਵਿੱਚੇ ਤੁਹਾਡਾ ਨਿਕਲ ਜਾਂਦਾ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ, ਮੈਂ ਹਾਂ ਗਗਨ ਬੇਦੀ। ਇਸ ਵੇਲੇ ਇੱਕ ਟ੍ਰੈਂਡ ਨਵਾਂ ਚੱਲ ਪਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਹਰ ਕੋਈ ਲਾਈਵ ਹੋ ਕੇ ਇੱਕ ਦੂਜੇ ਨੂੰ ਮੰਦਾ ਚੰਗਾ ਬੋਲਦਾ, ਬਹੁਤ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਦਾ ਆਮੋ ਸਾਹਮਣੇ ਤੌਰ ਦੇ ਉੱਤੇ ਨਿਤਾਰਾ ਜ਼ਰੂਰ ਹੋਣਾ ਚਾਹੀਦਾ। ਅੱਜ ਇਸੇ ਮੁੱਦੇ ਦੇ ਉੱਤੇ ਗੱਲਬਾਤ ਕਰਾਂਗੇ ਸ਼ਿਵ ਸੈਨਾ ਪੰਜਾਬ ਦੇ, ਸਾਡੇ ਨਾਲ ਜੁੜਨਗੇ ਅਮਿਤ ਅਰੋੜਾ ਔਰ ਸਾਡੇ ਨਾਲ ਪ੍ਰਧਾਨ ਮੰਤਰੀ ਬਾਜੇ ਕੇ ਜੁੜਨਗੇ। ਇਹਨਾਂ ਦੋਹਾਂ ਨੂੰ ਮੈਂ ਤਾਂ ਲਿਆ ਕਿਉਂਕਿ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਜੇ ਤੁਸੀਂ ਵੀਡੀਓਜ਼ ਦੇਖਦੇ ਹੋ ਤਾਂ ਇਹਨਾਂ ਦੀਆਂ ਵਾਇਰਲ ਹੁੰਦੀਆਂ ਨੇ। ਪ੍ਰਧਾਨ ਮੰਤਰੀ ਬਾਜੇ ਕੇ ਅਮਿਤ ਅਰੋੜਾ, ਅਰੋੜਾ ਸਾਹਿਬ ਤੁਹਾਡੇ ਤੋਂ ਮੈਂ ਇੱਕ ਚੀਜ਼ ਜਾਣਨੀ ਚਾਹਾਂਗਾ, ਕਿਉਂਕਿ ਇੱਕ ਤਾਂ ਮੈਂ ਪਹਿਲਾਂ ਇਹ ਚੀਜ਼ ਕਹਿਦਾ ਕਿ ਮੇਰੇ ਲਈ ਤੁਸੀਂ ਦੋਵੇਂ ਮੈਂ ਇੱਕੋ ਜਿਹੇ ਸਵਾਲ ਪੁੱਛੂਗਾ, ਮੇਰੇ ਲਈ ਕੋਈ ਫੇਵਰਿਜ਼ਮ ਨਹੀਂ ਰਹੂਗਾ। ਇੱਥੇ ਬਹੁਤ ਤੁਸੀਂ ਕੁਰਖਤ ਸ਼ਬਦਾਵਲੀ ਵਰਤਦੇ ਹੋ, ਮੈਨੂੰ ਲੱਗਦਾ ਕਿ ਤੁਸੀਂ ਵੀ ਇਸ ਚੀਜ਼ ਨੂੰ ਮੰਨਦੇ ਹੋਵੋਗੇ ਔਰ ਮੈਂ ਮੰਤਰੀ ਤੁਹਾਨੂੰ ਵੀ ਇਹ ਕਹਾਂਗਾ ਕਿ ਤੁਸੀਂ ਵੀ ਬਿਲੋ ਦਾ ਬੈਲਟ ਜਾ ਕੇ ਚੀਜ਼ਾਂ ਕਹਿੰਦੇ ਹੋ, ਬਹੁਤ ਚੀਜ਼ਾਂ ਬਹੁਤ ਤਿੱਖੀਆਂ ਹੁੰਦੀਆਂ ਨੇ। ਔਰ ਹੁਣ ਅਮਿਤ ਜੀ, ਤੁਹਾਨੂੰ ਕੀ ਲੱਗਦਾ ਏਦਾਂ ਦੀ ਸ਼ਬਦਾਵਲੀ ਦੀ ਕੋਈ ਥਾਂ ਹੈ ਆਪਣੇ ਸਮਾਜ ਦੇ ਵਿੱਚ? ਜੈ ਸ਼੍ਰੀ ਕ੍ਰਿਸ਼ਨਾ, ਜੈ ਸ਼੍ਰੀ ਰਾਧੇ, ਠਾਕੁਰ ਜੀ ਕਾ ਆਸ਼ੀਰਵਾਦ ਉਹਦਾ ਸਫ਼ਰ ਬਣਾ ਰਹੇ। ਮੇਰੇ ਸਾਹਿਬ, ਪਹਿਲਾਂ ਤੇ ਮੈਂ ਬੇਨਤੀ ਕਰੂੰਗਾ, ਬੋਲੂੰਗਾ ਕਿ ਮੈਂ ਆਪਣੇ ਧਰਮ ਲਈ ਕੋਈ ਗੱਲ ਕਰਦਾ, ਠੀਕ ਹੈ ਜੀ, ਮੈਂ ਆਪਣੇ ਧਰਮ ਲਈ ਕੋਈ ਗੱਲ ਕਰਦਾ ਤੇ ਗੱਲ ਚੁਭਦੀ ਕਿਉਂ ਹੈ? ਮੈਂ ਕਿਸੇ ਨੂੰ ਮਾੜਾ ਚੰਮਨ ਦਾ ਨਹੀਂ ਬੋਲਦਾ, ਕਿਉਂਕਿ ਹਿੰਦੂ ਸਿੱਖ ਦਾ ਇੱਕ ਰਿਸ਼ਤਾ ਹੈ, ਦੋ ਮਾਂ ਦਾ ਰਿਸ਼ਤਾ ਵੈ, ਤੇ ਜਾਣ ਕੇ ਮਾਹੌਲ ਖਰਾਬ ਕਰਨ ਦੀ ਗੱਲਾਂ ਕੀਤੀਆਂ ਜਾਂਦੀਆਂ, ਤੁਹਾਨੂੰ ਵੀ ਪਤਾ ਕਿ ਕਿੱਥੋਂ ਕੀਤੀਆਂ ਜਾਂਦੀਆਂ। ਆਪਾਂ ਪੰਜਾਬ 'ਚ ਰਹਿੰਦੇ ਹਾਂ, ਸਾਡਾ ਵਧੀਆ ਭਾਈਚਾਰਾ ਵੈ, ਮੇਰੀ ਮੇਰੀ ਸਾਂਝ ਵੀ ਹੈ, ਮੇਰੇ ਦੋਸਤ ਵੀ ਨੇ, ਆਪਾਂ ਜੇ ਜਿਹੜੇ ਸਾਰੇ ਭਾਈਚਾਰੇ ਦੇ ਇਕੱਠੀ ਹਾਂ, ਹਿੰਦੂ ਸਿੱਖ ਮੁਸਲਿਮ ਈਸਾਈ ਸਭ ਆਪਸ 'ਚ ਭਾਈ ਭਾਈ। ਪਰ ਮੈਂ ਕਹਿੰਦਾ ਕਿ ਵਿੱਚੋਂ ਕਬਰਸਤਾਨ ਦਾ ਮੁੱਦਾ ਕਿਉਂ ਉੱਠਦਾ, ਮੈਨੂੰ ਇਸ ਚੀਜ਼ ਦਾ ਲੱਗਦਾ। ਮੈਂ ਕਦੇ ਬੋਲਦਾ ਕਿ ਆਪਾਂ ਅਮਿਤ ਜੀ, ਮੈਂ ਚਲੋ ਆਪਾਂ ਬਹੁਤ ਲੰਮੀ ਗੱਲ ਨਹੀਂ ਕਰਦੇ, ਆਪਾਂ ਸਪੈਸੀਫਿਕ ਤੌਰ ਤੇ ਅੰਮ੍ਰਿਤਪਾਲ ਸਿੰਘ ਹੋਰਾਂ ਤੇ ਆਉਂਦੇ ਹਾਂ, ਪਰ ਤੁਹਾਨੂੰ ਲੱਗਦਾ ਕਿ ਅੰਮ੍ਰਿਤਪਾਲ ਹੋਰਾਂ ਦੇ ਜਿਹੜੇ ਜਿਹੜੇ ਇੱਕ ਚੰਗੇ ਪੱਖ ਨੇ, ਅੰਮ੍ਰਿਤ ਸੰਚਾਰ ਕਰਵਾ ਰਹੇ ਨੇ, ਉਹ ਇੱਕ ਵਧੀਆ ਗੱਲ ਵੀ ਆ, ਮੈਨੂੰ ਲੱਗਦਾ ਕਿ ਐਪਰੀਸ਼ੀਏਟ ਵੀ ਕਰਨਾ ਪੈਂਦਾ। ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ ਪੱਤਰਕਾਰ ਸਾਹਿਬ, ਇਸ ਚੀਜ਼ ਮੈਂ ਬੇਨਤੀ ਕਰਦਾ ਕਿ ਅੰਮ੍ਰਿਤ ਛਕਾਣਾ, ਗੁਰੂ ਲੜ ਲੈਣਾ ਬਹੁਤ ਵੱਡੀ ਬਹੁਤ ਵਧੀਆ ਗੱਲ ਹੈ, ਠੀਕ ਹੈ ਜੀ, ਪਰ ਦੂਜੀ ਜਗ੍ਹਾ ਮੋਡ ਕਰਨਾ ਜਾਣ ਕੇ, ਕਦੀ ਦੇਖੋ ਕ੍ਰਿਸਚਨ ਭਾਈਚਾਰੇ ਨੂੰ ਟਾਰਗੇਟ, ਕਦੀ ਦੇਖ ਲਓ ਹਿੰਦੂ ਭਾਈਚਾਰੇ ਨੂੰ ਟਾਰਗੇਟ, ਕਦੀ ਦੇਖ ਲਓ ਪ੍ਰਵਾਸੀ ਭਾਈਚਾਰੇ ਨੂੰ ਟਾਰਗੇਟ, ਮਤਲਬ ਕੀ ਹੈ ਇਹ, ਕੀ ਹੈ, ਕੀ ਹੋ ਰਿਹਾ? ਇਸ ਲਈ ਬੋਲਦਾ ਅਮਿਤ ਅਰੋੜਾ, ਅਮਿਤ ਅਰੋੜਾ ਤਾਂ ਮਾਰ ਕਰਦਾ। ਚਲੋ ਆਪਾਂ ਉਹਦਾ ਵੀ ਪੱਖ ਲੈ ਲਈਏ, ਮੰਤਰੀ ਬੋਲੋ। ਉਹ ਗੱਲਾਂ ਆਪਾਂ ਵੀ ਗੱਲ ਮੇਰੀ ਵੀ ਸੁਣ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਇਹ ਦੱਸਣ ਕੇ ਲੱਖ ਰੁਪਈਆ ਕਹਿੰਦੇ ਨੇ ਅਸੀਂ ਦੇਵਾਂਗੇ, ਅੰਮ੍ਰਿਤਪਾਲ ਦਾ ਜਿਹੜਾ ਮੂੰਹ ਕਾਲਾ ਕਰੇਗਾ, ਇਹਨਾਂ ਨੇ ਗਾਂ ਕਿਹਾ ਕਿ ਅਸੀਂ ਲੱਖ ਰੁਪਈਆ ਦੇਵਾਂਗੇ, ਇਹਨਾਂ ਦੀ ਅੱਜ ਵੀਡੀਓ ਆਈ ਹੈ। ਇਹ ਲੱਖ ਰੁਪਈਆ ਕਿਸੇ ਨੂੰ ਜੋ ਦਿੰਦੇ ਨੇਕ ਕੰਮ ਆਪ ਕਰ ਲੈਣ, ਇਹਨਾਂ ਕੋਲੇ ਕੁਛ ਨੀ, ਜਾਣ ਨੀ ਇਹਨਾਂ ਕੋਲੇ ਹੈਗੀ ਕਿ ਕੱਲੀਆਂ ਰੋਟੀਆਂ ਖਾ ਕੇ ਤੇ ਬਸ ਢੇਡੀ ਇਹਨਾਂ ਵਧਾਏ ਹੋਏ ਗੰਜੇ ਸਿਰ ਕੱਢੇ ਆ ਤੋਰਨ ਤੋਰਨ, ਮੈਨੂੰ ਦੱਸਣ ਪੰਜਾਬ ਦੇ ਵਿੱਚ ਸ਼ਿਵ ਸੈਨਿਕ ਤਿਆਰ ਨੇ
ਕੋਈ ਇਹੋ ਜਿਹੀ ਗੱਲ ਨਹੀਂ ਹੈ। ਇਹ ਕੰਮ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਦੱਸੋ ਤੁਹਾਡੀਆਂ ਲੱਤਾਂ ਭਾਰ ਨਹੀਂ ਚੱਲਦੀਆਂ। ਮੁੜਕੇ ਤੁਸੀਂ ਆਉਂਦੇ ਆ ਨੀ ਜਿੱਥੇ ਕੋਈ ਸੱਦਦਾ, ਮੁੜਕੇ ਆਉਂਦੇ ਨੀ ਭੱਜ ਜਾਂਦੇ ਜੀ ਅੱਗੇ ਲੱਗ ਕੇ। ਕੱਲੀਆਂ ਤੁਸੀਂ ਸਿਕਿਉਰਿਟੀਆਂ, ਇੱਕ ਮੰਡੋ ਹੋ ਗਿਆ, ਇੱਕ ਤੂੰ ਹੋ ਗਿਆ, ਕੱਲੇ ਬੋਲਣ ਜੋਗੇ ਫੇਸਬੁੱਕ ਤੇ, ਇਹ ਜ਼ਮੀਨੀ ਪੱਧਰ ਆਣ ਕੇ ਕੰਮ ਕਰਨ ਜੋਗੇ, ਇਹ ਤੇ ਸਾਡੇ ਇੱਕ ਸਿੰਘਾਂ ਦੇ ਬੱਚੇ ਨੂੰ 6 ਸਾਲਾਂ ਦੇ ਸਾਹਮਣੇ ਨੀ ਖੜਨ ਜੋਗੇ। ਚਲੋ ਚਲੋ ਇਹ ਚੀਜ਼ਾਂ ਵਿੱਚ ਨਾ ਬੋਲਿਓ, ਅਮਿਤ ਅਰੋੜਾ ਹੋਰਾਂ ਦੀ ਗੱਲ ਸੁਣ ਲਈ। ਅਮਿਤ ਜੀ ਦੱਸੋ। ਮੈਂ ਕਹਿ ਰਿਹਾ ਜੀ, ਤੁਸੀਂ ਦੇਖੋ ਮੇਰੇ ਤੇ ਹਮਲਾ ਹੋਇਆ 2016 ਦੇ ਵਿੱਚ, ਠੀਕ ਹੈ, ਸ਼ੇਰਾ ਸੀ, ਰਮਨਦੀਪ ਸੀ ਤੇ ਗੁਗਨੀ ਜਿਹੜਾ ਗੈਂਗਸਟਰ, ਤੁਸੀਂ ਸਾਰੇ ਜੱਗੀ ਜੋਲ ਬਾਹਰ ਹੋਇਆ ਸੀਗਾ, ਠੀਕ ਹੈ, ਉਸ ਟਾਈਮ ਪਿੱਠ ਪਿੱਛੇ ਗੋਲੀਆਂ ਮਾਰੀਆਂ, ਸਾਹਮਣੇ ਲੈ ਕੇ ਕੋਈ ਕਿਉਂ ਨੀ। ਆ ਹੁਣ ਵੀ ਲਲਕਾਰਾ ਦੇਖੋ ਹਿੰਦੂਆਂ ਨੂੰ ਜਾਣ, ਤੁਸੀਂ ਨਾ ਤੁਹਾਡਾ ਇੱਕੋ ਬਾਬਾ, ਤੁਹਾਡਾ ਇੱਕੋ ਬਾਬਾ, ਉਹ ਤੁਸੀਂ ਆਪਦੇ ਤੇ ਆਪ ਹਮਲਾ ਕਰਾ ਲੈਂਦੇ ਜੇ ਸਿਕਿਉਰਿਟੀਆਂ ਲੈਂਦੇ ਮਾਰੇ। ਨਹੀਂ ਤੁਸੀਂ ਕਿਹੜੀ ਜੰਗ ਜਿੱਤੀ ਜਿਹੜੀਆਂ ਤੁਹਾਨੂੰ ਸਿਕਿਉਰਿਟੀਆਂ ਚਾਹੀਦੀਆਂ? ਤੁਸੀਂ ਕਿਹੜੀ ਕਾਰਗਿਲ ਦੀ ਜੰਗ ਜਿੱਤ ਕੇ ਆਏ ਜੇ? ਦੱਸੋ ਤੁਹਾਨੂੰ ਸਿਕਿਉਰਿਟੀ ਕਾਹਦੀ ਚਾਹੀਦੀ, ਕਾਹਦੀ ਚਾਹੀਦੀ? ਕਿਸੇ ਚੀਜ਼ ਦਾ ਇਤਿਹਾਸ ਨਹੀਂ ਹੈਗਾ, ਸਰਕਾਰਾਂ ਤੋਂ ਮੰਗਣ ਜਾਂਦੇ ਹਿੰਦੂ ਕਿਸੇ ਚੀਜ਼ ਦਾ ਅਮਿਤ ਜੀ ਦੱਸੋ। ਮੈਂ ਇਹ ਚੀਜ਼ ਕਹਿ ਰਿਹਾ ਵਾਂ ਕਿ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਨਾਰਾ ਨਹੀਂ ਲੱਗਣ ਦੇਣਾ, ਚਾਹੇ ਜੋ ਮਰਜ਼ੀ ਹੋ ਜਾਵੇ, ਪੰਜਾਬ ਨਹੀਂ ਅਸੀਂ ਖਰਾਬ ਗੱਲ ਨਹੀਂ ਸਮਝ ਲੱਗੇਗੀ। ਫੌਜ ਤਿਆਰ ਹੁੰਦੀ ਵੀ ਫੌਜ ਤਿਆਰ ਹੈ, ਫੌਜ ਤਿਆਰ ਹੁੰਦੀ ਵੀ ਫੌਜ, ਕੋਈ ਗੁਰੂ ਦੀ ਲਾਡਲੀ ਫੌਜ ਬੜੀ ਵੱਡੀ ਰੱਖੀ ਸਾਡੀ। ਹਾਂ ਆ ਵੇ ਅਸੀਂ ਸਿੰਘ ਸਜੇ ਗੁਰੂ ਵਾਲੇ ਬਣੇ, ਬੜੀ ਮਹਾਰਾਜ ਦੀ ਕਿਰਪਾ ਹੋਈ। ਤੁਸੀਂ ਜਿਹੜੇ ਬੋਲਣ ਜੋਗੇ ਜੇ, ਕੱਲੇ ਫੇਸਬੁੱਕ ਤੇ ਰੌਲਾ ਪਾਉਣ ਜੋਗੇ ਜੀ ਅੰਦਰ ਵੜ ਕੇ ਗੁਫਾ ਚ, ਜਦੋਂ ਤੁਹਾਨੂੰ ਇੱਕ ਸਿੰਘ ਦਬਕਾ ਮਾਰਦਾ ਵਿੱਚੇ ਤੁਹਾਡਾ ਨਿਕਲ ਜਾਂਦਾ। ਨਿਮੰਤਰੀ ਆਪਾਂ ਇਹਦੀ ਭਾਸ਼ਾ ਦੀ ਵਰਤੋਂ ਨਾ ਕਰੀਏ। ਅਮਿਤ ਜੀ ਤੁਸੀਂ ਕੰਟੀਨਿਊ ਕਰੋ, ਮੰਤਰੀ ਮੈਂ ਤੁਹਾਡੇ ਕੋਲ ਆਉਣਾ, 2 ਮਿੰਟ ਰੁਕ ਜਾਓ। ਮੈਂ ਉਹੀ ਬੇਸਬ ਕਹਿ ਰਿਹਾ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ, ਤੁਸੀਂ ਦੇਖੋ ਕਿ ਦਿਨ ਪੰਜਾਬ ਕਿੱਧਰ ਰਿਹਾ ਵਾ, ਦਿਨ ਬ ਦਿਨ ਪੰਜਾਬ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਜਾ ਰਹੀ ਹੈ। ਇਸ ਚੀਜ਼ ਦਾ ਸੈਂਟਰ ਪੁਆਇੰਟ ਮੇਰਾ ਇਸ ਚੀਜ਼ ਦਾ ਪੁਆਇੰਟ ਵੀ ਹੈ ਕਿ ਜਾਣ ਕੇ ਮੈਂ ਕਹਿੰਦਾ ਕਿ ਚਲੋ ਗੁਰੂ ਦਾ ਲੜ ਲਾਉਣਾ ਬਹੁਤ ਵਧੀਆ ਗੱਲ ਹੈ। ਮੈਂ ਤੁਹਾਨੂੰ ਪਿੱਛੇ ਵੀ ਕਿਹਾ ਸੀਗਾ ਕਿ ਹਰ ਕੋਈ ਚਲੋ ਅੰਮ੍ਰਿਤ ਛਕਾਉਣਾ ਬਹੁਤ ਵਧੀਆ ਗੱਲ ਹੈ, ਗੁਰੂ ਦਾ ਲੜ ਲੈਣਾ ਬਹੁਤ ਵਧੀਆ ਗੱਲ ਹੈ, ਪਰ ਖਾਲਿਸਤਾਨ ਦਾ ਨਾਰਾ ਕਿਉਂ? ਪੰਜਾਬ ਚ ਜਿੰਨੇ ਵੀ ਭਾਈਚਾਰੇ ਆ ਅਸੀਂ ਸਾਰੇ ਖੁਸ਼ ਹਾਂ। ਹਿੰਦੂ ਰਾਸ਼ਟਰ ਵੀ ਨੀ ਅਸੀਂ ਬੰਨਣ ਦੇਣਾ, ਅਸੀਂ ਉਹ ਵੀ ਨੀ ਬੰਨ ਦੇਣਾ। ਅਸੀਂ ਖੁਸ਼ ਹਾਂ ਨਾ, ਅਸੀਂ ਖੁਸ਼ ਹਾਂ ਕਿ ਚਲੋ ਸਾਨੂੰ ਪੰਜਾਬ ਸ਼ੇਰ ਮਿਲਿਆ, ਮਾਨ ਪੰਜਾਬ ਦਾ ਸ਼ੇਰ ਮਿਲਿਆ, ਸਾਡੇ ਭਗਵੰਤ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਬਣੇ, ਸਾਨੂੰ ਖੁਸ਼ੀ ਹੈ ਇਸ ਚੀਜ਼ ਦੀ, ਸਾਨੂੰ ਖੁਸ਼ੀ ਹੈ। ਸਾਡਾ ਅੰਮ੍ਰਿਤਪਾਲ ਦੇ ਲਈ ਅਸੀਂ ਖੂਨ ਦਾ ਕਤਰਾ ਵਾ ਦਿਆਂਗੇ, ਸਾਡੇ ਭਰਾ ਹੈ ਸਾਡਾ।